ਹਾਂਜੀ ਆਪਾਂ ਐਕਸਰਸਾਈਜ਼ 5.2 ਸਟਾਰਟ ਕਰ ਰਹੇ ਹਾਂ। ਇਹਦੇ ਵਿੱਚ ਕੀ ਆ ਆਪਣੇ ਕੋਲ, ਆਪਾਂ ਨੇ ਪੜ੍ਹਨਾ ਹੈ, ਅੱਜ ਤੁਸੀਂ ਇੱਕ ਚੱਕਰ ਦੇਖ ਰਹੇ ਹੋ, ਇਹਨੂੰ ਕੀ ਬੋਲਿਆ ਜਾਂਦਾ? ਪਾਈ ਚਾਰਟ। ਪਾਈ ਪਾਈ ਚਾਰਟ ਬਾਰੇ ਪੜ੍ਹਨਾ ਹੈ ਵੀ ਇਹ ਚੀਜ਼ ਕੀ ਹੁੰਦੀ ਹੈ, ਕਿਵੇਂ ਸ਼ੋਅ ਹੁੰਦੀ ਹੈ ਇਹ। ਠੀਕ ਹੈ ਜੀ, ਹਾਂ ਹੁਣ ਸਮਝੋ ਜੀ ਧਿਆਨ ਨਾਲ, ਪਾਈ ਚਾਰਟ ਕੀ ਹੁੰਦਾ? ਪਹਿਲਾਂ ਪਾਈ ਕਿਹਦਾ ਵੈਸੇ ਸਮਝ ਲਈਏ। ਦੇਖੋ ਜੀ, ਮੰਨ ਲਓ ਇੱਕ ਚੱਕਰ ਡਰਾ ਕਰਦਾ, ਹੁਣ ਸਾਨੂੰ ਪਤਾ ਵੀ ਜਿਹੜਾ ਪੂਰਾ ਦਾ ਪੂਰਾ ਚੱਕਰ ਹੁੰਦਾ ਹੈ 360 ਡਿਗਰੀ ਦਾ ਕੋਣ ਬਣਦਾ ਹੁੰਦਾ, 360 ਦਾ ਕੋਣ ਬਣਦਾ ਹੁੰਦਾ ਆਹ ਚੀਜ਼ ਪੂਰੀ 360 ਡਿਗਰੀ। ਹੁਣ ਮੰਨ ਲਓ ਆਪਾਂ ਨੇ ਇਸ ਚੱਕਰ ਦੇ ਹਿੱਸੇ ਕਰਤੇ, ਠੀਕ ਹੈ ਜੀ। ਹੁਣ ਆਪਾਂ ਮੰਨ ਲਓ ਇਸ ਚੱਕਰ ਦੇ ਆਪਾਂ ਹਿੱਸੇ ਕਰਤੇ, ਚੱਕਰ ਆਪਾਂ ਬਣਾ ਲਈਏ, ਹਾਂਜੀ ਆਪਾਂ ਇੱਕ ਚੱਕਰ ਡਰਾ ਕੀਤਾ ਹੋਇਆ, ਠੀਕ ਹੈ ਜੀ। ਹੁਣ ਇਸ ਚੀਜ਼ ਨੂੰ ਸਮਝੋ ਧਿਆਨ ਨਾਲ, ਦੇਖੋ ਹੁਣ ਇਹਨੂੰ ਸਮਝੋ, ਇਹਨੂੰ ਆਪਾਂ ਕਿਵੇਂ ਚੀਜ਼ ਚੈੱਕ ਕਰਨੀ ਹੈ। ਪੂਰਾ ਦਾ ਪੂਰਾ ਜਿਹੜਾ ਐਂਗਲ ਹੈ ਇਹ ਕਿੰਨੇ ਦਾ, ਇਹ 360 ਡਿਗਰੀ ਦਾ, ਜਿਹੜਾ ਇਹ ਪੂਰਾ ਐਂਗਲ ਹੋਊਗਾ ਇਹ 360 ਡਿਗਰੀ ਦਾ ਪੂਰਾ ਐਂਗਲ ਬਣਦਾ ਹੈ। ਤਾਂ ਹੁਣ ਇਹਦੇ ਮੰਨ ਲਓ ਇਹ ਇੱਕ ਜਿਹੜਾ ਚੱਕਰ ਹੈ ਇਹ ਸਕੂਲ ਦੇ ਬੱਚਿਆਂ ਦੀ ਗਿਣਤੀ ਸ਼ੋਅ ਕਰ ਰਿਹਾ। ਇਹਦਾ ਮਤਲਬ ਕੀ ਹੈ ਵੀ ਜਿਹੜਾ 360 ਡਿਗਰੀ ਇਹ ਕੋਣ ਹੈ, ਆਪਾਂ ਸਪੋਜ਼ ਕਰ ਲਿਆ ਵੀ ਇੱਕ ਸਕੂਲ ਦੇ ਵਿੱਚ 360 ਬੱਚੇ ਨੇ, 360 ਬੱਚੇ ਨੇ ਇੱਕ ਸਕੂਲ ਦੇ ਵਿੱਚ, ਤੇ ਆਪਾਂ ਉਸਨੂੰ ਇਸ ਚੱਕਰ ਦੇ ਵਿੱਚ ਸ਼ੋਅ ਕਰਤਾ। ਹੁਣ ਧਿਆਨ ਨਾਲ ਸਮਝੋ ਜੀ ਇਸ ਚੀਜ਼ ਨੂੰ, ਹੁਣ ਇਹਦਾ ਪੂਰੇ ਚੱਕਰ ਦਾ ਕੋਣ ਵੀ ਕਿੰਨਾ ਹੈਗਾ, 360 ਹੈ, ਤੇ ਬੱਚੇ ਵੀ ਸਕੂਲ 'ਚ ਕਿੰਨੇ ਨੇ, 360 ਦੇ। ਮਤਲਬ ਕਿ 360 ਡਿਗਰੀ ਬਰਾਬਰ ਕਿਹਦੇ ਹੋ ਜਾਊਗਾ, 360 ਬੱਚਿਆਂ ਨੂੰ ਸ਼ੋਅ ਕਰ ਰਿਹਾ। ਮਤਲਬ ਕਿ ਆਪਾਂ ਸ਼ੋਅ ਕਰਤਾ ਜੀ ਇਹਦੇ ਵਿੱਚੋਂ 90 ਬੱਚੇ ਦਾ ਕਲਾਸ ਏ ਦੇ ਵਿੱਚ ਨੇ, ਸੈਕਸ਼ਨ ਏ 'ਚ ਨੇ, ਤੇ 180 ਬੱਚੇ ਸੈਕਸ਼ਨ ਬੀ ਦੇ ਵਿੱਚ ਨੇ, ਤੇ ਹੋਰ 90 ਬੱਚੇ ਸੈਕਸ਼ਨ ਸੀ ਦੇ ਵਿੱਚ ਨੇ। ਆਪਾਂ ਐਵੇਂ ਸ਼ੋਅ ਕਰਤਾ ਏ ਸੈਕਸ਼ਨ ਏ ਦੇ ਵਿੱਚ ਕਿੰਨੇ ਬੱਚੇ ਨੇ, 90 ਬੱਚੇ ਨੇ ਸੈਕਸ਼ਨ ਏ ਦੇ ਵਿੱਚ, ਬੀ 'ਚ ਕਿੰਨੇ ਨੇ 180, ਸੀ 'ਚ ਕਿੰਨੇ ਨੇ 90। ਤਾਂ ਦੇਖੋ ਆਪਾਂ ਇਹਨੂੰ ਪਾਈ ਚਾਰਟ ਦੇ ਕਿਵੇਂ ਸ਼ੋਅ ਕਰਾਂਗੇ। ਆਪਾਂ ਇਹਨੂੰ ਸਪੋਜ਼ ਕਰ ਲਿਆ ਵੀ ਇਹ ਸੈਂਟਰ ਹੈ ਜਿਹੜਾ ਮੈਂ ਲਾਲ ਲਾਲ ਸ਼ੋਅ ਕਰ ਰਿਹਾ। ਹੁਣ ਇੱਥੇ ਇੱਕ ਆਪਾਂ ਨੇ 90 ਦਾ ਕੋਣ ਡਰਾ ਕਰਤਾ, 90 ਡਿਗਰੀ ਦਾ ਆਪਾਂ ਨੇ ਇੱਕ ਐਂਗਲ ਡਰਾ ਕਰਤਾ। ਤਾਂ ਇਹਦਾ ਮਤਲਬ ਇਹ ਕਿਹੜੀ ਕਿਹੜੀ ਆ ਗਈ ਜੀ, ਇਹ ਕਲਾਸ ਏ ਆ ਗਈ ਆਪਣੇ ਕੋਲ, ਕਲਾਸ ਏ ਆ ਗਈ, ਕਿਉਂਕਿ ਇਹਦੇ ਵਿੱਚ ਕਿੰਨੇ ਬੱਚੇ ਨੇ, 90। ਜੇ 360 ਡਿਗਰੀ ਜਿਹੜਾ ਕੋਣ ਹੈ ਜੋ 360 ਬੱਚਿਆਂ ਨੂੰ ਸ਼ੋਅ ਕਰ ਰਿਹਾ ਹੈਗਾ, ਤਾਂ 90 ਡਿਗਰੀ ਜਿਹੜਾ 90 ਬੱਚੇ ਨੂੰ ਸ਼ੋਅ ਕਰਨ ਵਾਸਤੇ ਹੀ ਕੋਣ ਕਿੰਨੇ ਦਾ ਬਣੂਗਾ, 90 ਡਿਗਰੀ ਦਾ। ਤਾਂ ਇਹ ਕਿਹੜਾ ਸੈਕਸ਼ਨ ਏ ਆ ਗਿਆ। ਹੁਣ ਸੈਕਸ਼ਨ ਬੀ ਡਰਾ ਕਰਨਾ ਆਪਾਂ ਨੇ, ਸੈਕਸ਼ਨ ਬੀ ਦੇ ਵਿੱਚ 180 ਦਾ ਕੋਣ ਬਣਦਾ, ਤਾਂ ਇਟ ਮੀਨਸ ਆਪਾਂ ਇਹਨੂੰ ਉਰੇ 180 ਦਾ ਕੋਣ ਡਰਾ ਕਰਤਾ। ਤਾਂ ਇਹ 180 ਦਾ ਕੋਣ ਬਣ ਗਿਆ ਜੀ ਪੂਰਾ, ਜਾਂ ਇਹਨੂੰ ਇਸ ਤਰੀਕੇ ਨਾਲ ਨਾ ਬਣਾਓ, ਇਹਨੂੰ ਇਸ ਤਰੀਕੇ ਨਾਲ 180 ਦਾ ਕੋਣ ਬਣਾ ਦਿੰਦੇ ਆਪਾਂ। ਇਸ ਤਰੀਕੇ ਨਾਲ ਤਾਂ ਹੁਣ ਇਹ ਕਿਹਨੂੰ ਸ਼ੋਅ ਕਰਨ ਲੱਗ ਗਿਆ, ਇਹ ਸੈਕਸ਼ਨ ਬੀ ਨੂੰ ਸ਼ੋਅ ਕਰਨ ਲੱਗ ਗਿਆ, ਸੈਕਸ਼ਨ ਬੀ ਆ ਗਿਆ। ਇਹਦੇ ਵਿੱਚ ਕਿੰਨੇ ਬੱਚੇ ਨੇ, 180 ਬੱਚੇ। ਤਾਂ ਆਪਾਂ ਨੇ 180 ਦਾ ਕੀ ਬਣਾਤਾ, ਕੋਣ ਬਣਾਤਾ, ਕਿਉਂਕਿ ਜੇ 180 ਬੱਚਿਆਂ ਨੂੰ ਸ਼ੋਅ ਕਰਨ ਵਾਸਤੇ ਵੀ 180 ਡਿਗਰੀ ਦੇ ਕੋਣ ਦੀ ਆਪਾਂ ਨੂੰ ਲੋੜ ਪਊਗੀ। ਹੁਣ ਪਿੱਛੇ ਕਿੰਨੇ ਦਾ ਕੋਣ ਬਚ ਗਿਆ, 90 ਦਾ, ਆਹ 90 ਦਾ ਕੋਣ ਪਿੱਛੇ ਬਚ ਗਿਆ, ਤਾਂ ਇਹ ਸੈਕਸ਼ਨ ਸੀ ਹੋ ਜਾਊਗਾ। ਠੀਕ ਹੈ ਜੀ, ਹਾਂਜੀ ਐਵੇਂ ਦੱਸੋ ਵੀ ਇੱਥੇ ਤੱਕ ਲੱਗ ਗਈ ਜੀ ਚੀਜ਼ ਪਤਾ, ਵੀ ਆਪਾਂ ਕਿਵੇਂ ਕਿਵੇਂ ਸ਼ੋਅ ਕੀਤਾ, ਕਿਵੇਂ ਬਣਾਇਆ ਇਹ ਪਾਈ ਚਾਰਟ।
ਹਾਂਜੀ ਸਰ ਜੀ, ਅੱਛਾ ਜੀ। ਯੈਸ ਸਰ। ਹੁਣ ਮੇਰੀ ਇੱਕ ਗੱਲ ਹੋਰ ਸੁਣੋ, ਹੁਣ ਮੈਂ ਇੱਕ ਐਗਜ਼ਾਮਪਲ ਹੋਰ ਲੈ ਰਿਹਾ ਕਿਉਂਕਿ ਇਹ ਤਾਂ ਇੱਕ ਬਿਲਕੁਲ ਸਿੰਪਲ ਐਗਜ਼ਾਮਪਲ ਲਈ ਸੀ ਆਪਾਂ ਨੇ, ਹੁਣ ਇਹਨੂੰ ਹੋਰ ਸਮਝੋ ਧਿਆਨ ਨਾਲ। ਹੁਣ ਮੈਂ ਸਪੋਜ਼ ਕਰ ਰਿਹਾ ਵੀ ਸਕੂਲ ਦੇ ਵਿੱਚ ਕਿੰਨੇ ਬੱਚੇ ਹੋਣਗੇ, 720 ਬੱਚੇ ਹੋਣਗੇ। ਠੀਕ ਹੈ ਜੀ, ਹੁਣ ਮੈਂ ਸਪੋਜ਼ ਕਰ ਰਿਹਾ ਵੀ ਸਕੂਲ 'ਚ ਕਿੰਨੇ ਬੱਚੇ ਹੋਣਗੇ, 720 ਬੱਚੇ ਨੇ। ਹਾਂਜੀ, ਹੁਣ ਮੈਨੂੰ ਐਵੇਂ ਦੱਸੋ ਵੀ ਜੇ 720 ਬੱਚੇ ਨੇ, ਪਰ ਜਿਹੜਾ ਆਪਣੇ ਕੋਲ ਜਿਹੜਾ ਚੱਕਰ ਦਾ ਕੋਣ ਤੱਕ ਜਿਹੜਾ ਇਹ ਬਣੂਗਾ, ਜਿਹੜਾ ਇਹ ਚੱਕਰ ਦਾ ਕੋਣ ਬਣੂ ਆਪਣੇ ਕੋਲ, ਇਸਦੀ ਤਾਂ ਵੈਲਿਊ ਸੇਮ ਹੀ ਰਹੂਗੀ, 300 ਕਿੰਨੀ ਰਹੂਗੀ, 60 ਰਹੂਗੀ। ਮਤਲਬ ਕਿ ਹੁਣ ਆਪਾਂ 360 ਡਿਗਰੀ ਦੇ ਕੋਣ ਦੇ ਵਿੱਚ ਕਿੰਨੇ ਬੱਚੇ ਸ਼ੋਅ ਕਰਨੇ ਨੇ, 720 ਬੱਚੇ ਸ਼ੋਅ ਕਰਨੇ ਨੇ। ਹੁਣ ਇਸ ਚੀਜ਼ ਨੂੰ ਸਮਝੋ ਕਿਵੇਂ। ਹੁਣ ਇਹਦਾ ਮਤਲਬ ਕੀ ਹੈ, ਜਿਹੜਾ 1 ਡਿਗਰੀ ਕੋਣ ਹੈ ਉਹਦੇ ਵਿੱਚ ਕਿੰਨੇ ਬੱਚੇ ਆਉਣਗੇ, 2 ਬੱਚੇ ਆ ਰਹੇ ਨੇ, ਕਿਉਂਕਿ 360 ਦਾ ਦੁੱਗਣਾ ਕਿੰਨਾ ਹੁੰਦਾ ਹੈਗਾ, 720 ਹੁੰਦਾ ਹੈਗਾ। ਠੀਕ ਹੈ ਜੀ, 360 ਦਾ ਡਬਲ ਕੀ ਹੋ ਜਾਂਦਾ, 720। ਹੁਣ ਜੇ ਆਪਾਂ 1 ਡਿਗਰੀ ਕੋਣ ਦੇ ਵਿੱਚ ਬੱਚੇ ਕਿੰਨੇ ਸ਼ੋਅ ਕਰਾਂਗੇ, 2 ਬੱਚੇ ਸ਼ੋਅ ਕਰਾਂਗੇ। ਹੁਣ ਮੈਂ ਤੁਹਾਨੂੰ ਕੁਐਸਚਨ ਦੇ ਵਿੱਚ ਕੀ ਲਿਖ ਰਿਹਾ ਹੈਗਾ, ਹੁਣ ਧਿਆਨ ਨਾਲ ਸਮਝੋ ਇਹਦੇ ਵਿੱਚ ਆਪਾਂ ਕੀ ਕੁਐਸਚਨ ਹੈ ਆਪਣੇ ਕੋਲ, ਆਪਾਂ ਇਹਨੂੰ ਪਾਈ ਚਾਰਟ 'ਤੇ ਕਿਵੇਂ ਸ਼ੋਅ ਕਰਨਾ। ਮੈਂ ਲਿਖਤਾ ਜੀ 200 ਬੱਚੇ ਜਿਹੜੇ ਹੈਗੇ ਨੇ ਉਹ ਕੀ ਪੜ੍ਹਦੇ, ਇੰਗਲਿਸ਼ ਦਾ ਜਿਹੜਾ ਪੇਪਰ ਹੈ ਅਖਬਾਰ ਉਹ ਪੜ੍ਹਦੇ ਨੇ, ਅਤੇ ਇਹਦੇ ਵਿੱਚੋਂ 100 ਬੱਚਾ ਪੰਜਾਬੀ ਦਾ ਉਹ ਪੜ੍ਹਦਾ ਅਖਬਾਰ, 400 ਬੱਚਾ ਪੰਜਾਬੀ ਦਾ ਕੀ ਪੜ੍ਹਦਾ, ਅਖਬਾਰ ਪੜ੍ਹਦਾ ਜੀ, ਅਤੇ 600 ਹੋ ਗਿਆ, 120 ਬੱਚੇ ਪੜ੍ਹਦੇ ਨੇ ਹਿੰਦੀ ਦਾ ਅਖਬਾਰ ਪੜ੍ਹਦੇ ਨੇ। ਹੁਣ ਮੈਂ ਇਸ ਚੀਜ਼ ਨੂੰ ਇਸ ਚੱਕਰ ਦੇ ਉੱਪਰ ਸ਼ੋਅ ਕਰਨਾ ਹੈਗਾ। ਠੀਕ ਹੈ ਜੀ, ਹੁਣ ਮੈਂ ਇਸ ਚੀਜ਼ ਨੂੰ ਇਸ ਚੱਕਰ ਦੇ ਉੱਪਰ ਸ਼ੋਅ ਕਰੂੰਗਾ, ਦੇਖੋ ਜੀ ਕਿਵੇਂ। ਚੱਕਰ ਆਪਾਂ ਥੋੜ੍ਹਾ ਜਿਹਾ ਬੜਾ ਡਰਾਅ ਕਰ ਲਈਏ। ਹਾਂਜੀ ਦੇਖੋ, ਹੁਣ ਮੈਂ ਇਸ ਚੀਜ਼ ਨੂੰ ਇਸ ਚੱਕਰ ਦੇ ਵਿੱਚ ਸ਼ੋਅ ਕਰਨਾ ਹੈਗਾ। ਹੁਣ ਮੈਨੂੰ ਪਤਾ ਵੀ ਜਿਹੜਾ ਮੇਰਾ 360 ਡਿਗਰੀ ਦਾ ਕੋਣ ਹੈਗਾ ਉਹ 720 ਬੱਚਿਆਂ ਦੇ ਬਰਾਬਰ ਹੈਗਾ। ਮਤਲਬ ਕਿ ਮੈਂ ਇਹ ਚੀਜ਼ ਲਿਖ ਸਕਦਾ ਕਿ 720 ਜਿਹੜੇ ਬੱਚੇ ਹੋਣਗੇ ਉਹ ਕਿਹਦੇ ਬਰਾਬਰ ਹੋਣਗੇ ਜੀ, ਉਹ 360 ਡਿਗਰੀ ਕੋਣ ਦੇ ਵਿੱਚ ਸ਼ੋਅ ਹੋ ਰਹੇ ਨੇ। ਜੇ ਆਪਾਂ ਨੇ ਇੱਕ ਬੱਚੇ ਦਾ ਸ਼ੋਅ ਕਰਨਾ ਹੋਵੇ ਤਾਂ ਆਪਾਂ ਕੀ ਲਿਖਾਂਗੇ ਜੀ, ਉਹ 360 ਵਟੇ 720 ਡਿਗਰੀ ਕੋਣ ਦੇ ਵਿੱਚ ਸ਼ੋਅ ਹੋਊਗਾ, ਤਾਂ ਇਹਨੂੰ ਆਪਾਂ ਕਟਾਵਾਂਗੇ ਜੀ, ਕੱਟਿਆ ਗਿਆ। ਹਾਂਜੀ, ਉਸ ਤੋਂ ਬਾਅਦ ਹੁਣ ਜੇ ਮੈਨੇ ਮੰਨ ਲਓ ਮੈਨੇ ਕਿੰਨੇ ਬੱਚੇ ਸ਼ੋਅ ਕਰਨੇ ਨੇਗੇ, 200 ਬੱਚਾ ਸ਼ੋਅ ਕਰਨਾ ਹੈਗਾ, ਤਾਂ ਹੁਣ 200 ਬੱਚਾ ਕਿਵੇਂ ਸ਼ੋਅ ਹੋਊਗਾ, 360 ਵਟੇ 720 ਬਰਾਬਰ ਸੱਚ ਗੁਣਾ 200, ਤਾਂ ਇੱਥੋਂ ਮੇਰਾ ਜਿਹੜਾ ਕੋਣ ਨਿਕਲਿਆ ਹੋਊਗਾ। ਠੀਕ ਹੈ ਜੀ, ਇਹਨੂੰ ਆਪਾਂ ਕੱਟ ਕੇ 1/2 ਆ ਜਾਊਗਾ, ਇਹਨੂੰ ਕੱਟ ਕੇ ਕਿੰਨਾ ਆ ਜਾਊਗਾ, 100 ਡਿਗਰੀ। ਤਾਂ ਜਿਹੜਾ 200 ਬੱਚੇ ਵਾਸਤੇ ਮੈਨੂੰ 100 ਡਿਗਰੀ ਦਾ ਜਿਹੜਾ ਐਂਗਲ ਹੈ ਉਹ ਡਰਾ ਕਰਨਾ ਪਊਗਾ। ਇੱਕ ਵਾਰ ਮੈਂ ਤੁਹਾਨੂੰ ਇਹ ਚੀਜ਼ ਦੁਬਾਰੇ ਪੁਆਇੰਟ ਦੱਸਦਾ, ਦੇਖੋ ਇਹਨੂੰ ਇਸ ਚੀਜ਼ ਨੂੰ ਦੁਬਾਰੇ ਸਮਝੋ, 720 ਬੱਚੇ ਨੂੰ ਆਪਾਂ ਇੱਕ ਚੱਕਰ 'ਤੇ ਸ਼ੋਅ ਕਰ ਰਹੇ ਹਾਂ, ਇਹਦਾ ਮਤਲਬ ਕਿ ਉਹਨੂੰ ਆਪਾਂ 360 ਡਿਗਰੀ ਦੇ ਕੋਣ 'ਤੇ ਸ਼ੋਅ ਕਰਾਂਗੇ। ਹੁਣ ਜੇ ਆਪਾਂ ਨੇ 720 ਬੱਚਿਆਂ ਕੋਲ ਮੰਨ ਲਓ ਟੋਫੀਆਂ ਕਿੰਨੀਆਂ ਨੇ, 360 ਨੇ, ਤਾਂ ਇੱਕ ਬੱਚੇ ਕੋਲ ਕਿੰਨੀਆਂ ਟੋਫੀਆਂ ਹੋਣਗੀਆਂ, ਭਾਅ ਕਰ ਦਾਂਗੇ ਜੀ ਆਪਾਂ 360 ਨੂੰ 720 'ਤੇ। ਮਤਲਬ ਕਿ ਜੇ ਆਪਾਂ ਨੂੰ ਇੱਕ ਬੱਚੇ ਨੂੰ ਸ਼ੋਅ ਕਰਨਾ ਤਾਂ ਆਪਾਂ 360 ਵਟੇ 20 ਡਿਗਰੀ ਦੇ ਕੋਣ 'ਤੇ ਸ਼ੋਅ ਕਰਾਂਗੇ। ਤਾਂ ਹੁਣ ਜੇ ਆਪਾਂ ਨੇ ਮੰਨ ਲਓ, ਹੁਣ ਆਪਾਂ ਮੰਨ ਲਿਆ ਇੱਥੇ ਕਿੰਨਾ ਆਜੂ, 1/2 ਆ ਜੂ, ਇਹਨੂੰ ਕੈਂਸਲ ਕਰਕੇ 1/2 ਡਿਗਰੀ ਆ ਗਿਆ। ਮਤਲਬ ਕਿ ਇੱਕ ਬੱਚੇ ਨੂੰ ਸ਼ੋਅ ਕਰਨ ਵਾਸਤੇ ਆਪਾਂ ਨੂੰ ਅੱਧਾ ਡਿਗਰੀ ਦੀ ਲੋੜ ਪਊਗੀ, ਅੱਧਾ ਕਰਨਾ ਆਪਾਂ ਨੇ ਜੇ ਆਪਾਂ 100 ਬੱਚੇ ਸ਼ੋਅ ਕਰਨੇ ਨੇਗੇ। ਹੁਣ ਤੁਸੀਂ ਸਪੋਜ਼ ਕਰਕੇ ਚਲੋ ਵੀ ਇੱਕ ਬੱਚੇ ਕੋਲ ਟੋਫੀਆਂ ਕਿੰਨੀਆਂ ਨੇ, ਅੱਧੀ ਟੋਫੀ ਆ, 100 ਬੱਚਿਆਂ ਕੋਲ ਟੋਫੀਆਂ ਕਿੰਨੀਆਂ ਹੋਣਗੀਆਂ, 1/2 ਗੁਣਾ 100,
ਤਾਂ ਕਿੰਨਾ ਆਜੂਗਾ ਜੀ, ਦੋ ਏਕਮ ਦੋ, ਦੋ ਪੰਜਾਹ, ਦੋ ਪੰਜਾਹ ਨਾਲ ਗੁਣਾ ਕਰਦੇ ਆਪਾਂ ਸੌ ਆ ਜਾਂਦਾ, ਤਾਂ ਪੰਜਾਹ ਡਿਗਰੀ ਆ ਗਿਆ। ਤਾਂ ਇੱਟ ਮੀਨਸ ਸੌ ਬੱਚੇ ਨੂੰ ਆਪਾਂ ਨੂੰ ਪੰਜਾਹ ਡਿਗਰੀ ਦੇ ਉੱਪਰ ਸ਼ੋ ਕਰਨਾ ਪਊਗਾ। ਹੁਣ ਸੌ ਬੱਚੇ ਨੇ ਪੰਜਾਹ ਡਿਗਰੀ ਹੈ, ਠੀਕ ਹੈ ਜੀ, ਜੇ ਦੋ ਸੌ ਬੱਚੇ ਹੋਣਗੇ ਤਾਂ ਆਪਣੇ ਕੋਲ ਸੌ ਡਿਗਰੀ ਬਣ ਜੂਗਾ। ਇਸ ਚੀਜ਼ ਨਾਲ ਹੁਣ ਆਪਾਂ ਇਹਨੂੰ ਪਾਈ ਚਾਰਟ 'ਤੇ ਸ਼ੋ ਕਰ ਦਾਂਗੇ। ਤਾਂ ਹੁਣ ਇੱਕ ਸਾਨੂੰ ਮੈਂ ਫਾਰਮੂਲਾ ਦੱਸਦਾ ਇਹਨਾਂ ਨੂੰ ਕਿਵੇਂ ਕਿਵੇਂ ਆਪਾਂ ਬੱਚੇ ਕੱਢਦੇ ਨੇ ਅਤੇ ਕਿਵੇਂ ਆਪਾਂ ਨੇ ਕੇਂਦਰੀ ਕੋਣ ਪਤਾ ਕਰਨੇ, ਠੀਕ ਹੈ ਜੀ, ਜਦੋਂ ਕੁਸ਼ਚਨ 'ਤੇ ਜਾਵਾਂਗੇ ਆਪਾਂ ਉਦੋਂ ਦੇਖਾਂਗੇ। ਹੁਣ ਸਮਝੋ ਜੀ, ਹੁਣ ਪਹਿਲਾਂ ਆਪਾਂ ਕੀ ਕਿਹਨੂੰ ਸ਼ੋ ਕਰਨਾ ਸੀਗਾ, ਦੋ ਸੌ ਬੱਚਿਆਂ ਨੂੰ, ਦੋ ਸੌ ਬੱਚੇ ਇੰਗਲਿਸ਼ ਦੇ, ਠੀਕ ਹੈ ਜੀ। ਤਾਂ ਹੁਣ ਦੋ ਸੌ ਬੱਚਿਆਂ ਨੂੰ ਆਪਾਂ ਇੰਗਲਿਸ਼ ਦੇ ਨੂੰ ਕਿਵੇਂ ਸ਼ੋ ਕਰਾਂਗੇ, ਦੇਖੋ ਜੀ ਇਹਦਾ ਫਾਰਮੂਲਾ ਕੀ ਹੁੰਦਾ। ਹੁਣ ਆਪਾਂ ਨੇ ਕੀ ਨਿਕਾਲਣਾ, ਆਪਾਂ ਨੇ ਦੋ ਸੌ ਬੱਚਿਆਂ ਦਾ ਕੌਣ ਕੌਣ ਨਿਕਾਲਣਾ ਹੈਗਾ, ਦੋ ਸੌ ਬੱਚਿਆਂ ਦਾ ਕੀ ਪਤਾ ਕਰਨਾ ਆਪਾਂ ਨੇ ਕੌਣ, ਤਾਂ ਕਿਵੇਂ ਪਤਾ ਕਰਾਂਗੇ। ਹੁਣ ਸਮਝੋ ਜੀ, ਜਿਹੜੀ ਚੀਜ਼ ਹੁਣ ਆਪਾਂ ਨੇ ਕੀ ਪਤਾ ਕਰਨੇ ਨੇ, ਦੋ ਸੌ ਬੱਚਿਆਂ ਦਾ ਕੇਂਦਰੀ ਕੌਣ ਪਤਾ ਕਰਨਾ ਕਿੰਨਾ ਆਊਗਾ, ਕੇਂਦਰੀ ਕੌਣ ਪਤਾ ਕਰਨਾ ਆਪਾਂ ਨੇ, ਕੇਂਦਰੀ ਕੌਣ ਕੱਢਣ ਦਾ ਫਾਰਮੂਲਾ ਕੀ ਹੋਊਗਾ। ਦੇਖੋ ਜੀ ਸਮਝੋ ਇਸ ਗੱਲ ਨੂੰ ਧਿਆਨ ਨਾਲ, ਇਹਦਾ ਆਊਗਾ ਜੀ ਕੇਂਦਰੀ ਕੌਣ ਕਿਵੇਂ ਪਤਾ ਕਰਦੇ ਆ, ਜਿੰਨੇ ਬੱਚੇ ਨੇ ਕਿੰਨੇ ਬੱਚਿਆਂ ਦਾ ਨਿਕਾਲਣਾ ਆਪਾਂ ਨੇ, ਦੋ ਸੌ ਬੱਚਿਆਂ ਦਾ, ਵਟੇ ਕੀ ਆਜੂਗਾ ਜਿੰਨੇ ਬੱਚੇ ਸਾਰੇ ਨੇ, ਤੇ ਇੱਥੇ ਆਜੂਗਾ ਗੁਣਾ ਤਿੰਨ ਸੌ ਸੱਠ ਡਿਗਰੀ। ਦੁਬਾਰੇ ਸਮਝ ਲਓ ਜੀ, ਕੇਂਦਰੀ ਕੌਣ ਕਿਵੇਂ ਪਤਾ ਕਰਨਾ ਹੈਗਾ, ਜਿੰਨੇ ਬੱਚਿਆਂ ਦਾ ਪਤਾ ਕਰਨਾ, ਮੰਨ ਲਓ ਆਪਾਂ ਨੇ ਜਿਹੜੇ ਬੱਚੇ ਜਿਹੜੇ ਬੱਚੇ ਅਖਬਾਰ ਪੜ੍ਹਦੇ ਨੇ ਇੰਗਲਿਸ਼, ਉਹਨਾਂ ਦਾ ਪਤਾ ਕਰਨਾ, ਇੰਗਲਿਸ਼ ਕੀ ਲਿਖਾਂਗੇ ਜੀ ਆਪਾਂ, ਇੰਗਲਿਸ਼ ਪੜ੍ਹਨ ਵਾਲੇ ਬੱਚਿਆਂ ਦੀ ਕੁੱਲ ਸੰਖਿਆ, ਬੱਚਿਆਂ ਦੀ ਸੰਖਿਆ ਨੀਚੇ ਕੀ ਲਿਖਾਂਗੇ ਜੀ ਆਪਾਂ, ਜਿੰਨੇ ਜਿੰਨੇ ਕੁੱਲ ਬੱਚੇ ਨੇ, ਕੁੱਲ ਬੱਚੇ ਕਿੰਨੇ ਨੇ ਗੇ ਉਹ ਲਿਖ ਦਾਂਗੇ, ਤੇ ਇੱਥੇ ਲਿਖਾਂਗੇ ਜੀ ਆਪਾਂ ਗੁਣਾ ਕਰਨੇ ਤਿੰਨ ਸੌ ਸੱਠ ਨਾਲ। ਜਦੋਂ ਵੀ ਆਪਾਂ ਕੇਂਦਰੀ ਕੌਣ ਕੱਢਣਾ ਹੋਊਗਾ ਆਪਾਂ ਨੇ ਗੁਣਾ ਕਰਨੀ ਹੈ ਤਿੰਨ ਸੌ ਸੱਠ ਨਾਲ, ਠੀਕ ਹੈ ਜੀ। ਇਹ ਫਾਰਮੂਲਾ ਦੇਖੋ, ਇਹ ਚੀਜ਼ ਕਿੱਥੋਂ ਬਣੀ ਹੈ, ਇੱਥੋਂ ਹੀ ਬਣੀ ਆ ਇਹ ਚੀਜ਼ ਵੀ। ਜੇ ਆਪਾਂ ਨੇ ਇੱਕ ਬੱਚੇ ਦਾ ਦੇਖੋ ਕੀ ਸੀਗਾ ਇਹਦੇ ਵਿੱਚ, ਸੱਤ ਸੌ ਵੀਹ, ਵੀਹ ਬੱਚਿਆਂ ਨੂੰ ਕੌਣ ਸ਼ੋਅ ਕਰਦਾ ਸੀਗਾ, ਸੱਤ ਸੌ ਵੀਹ ਬੱਚਿਆਂ ਨੂੰ ਕੀ ਸ਼ੋਅ ਕਰਦਾ, ਕਿਵੇਂ ਸ਼ੋਅ ਕਰ ਰਹੇ ਸੀ ਆਪਾਂ, ਤਿੰਨ ਸੌ ਸੱਠ ਡਿਗਰੀ ਦੇ ਕੋਣ ਤੇ। ਇੱਕ ਬੱਚੇ ਨੂੰ ਕਿਵੇਂ ਸ਼ੋਅ ਕਰਦੇ ਸੀ ਆਪਾਂ, ਤਿੰਨ ਸੌ ਸੱਠ ਵਟੇ ਸੱਤ ਸੌ ਵੀਹ ਤੇ। ਹੁਣ ਜੇ ਆਪਾਂ ਨੇ ਸੌ ਬੱਚਿਆਂ ਨੂੰ ਸ਼ੋਅ ਕਰਨਾ ਹੋਵੇ ਤਾਂ ਇਹਨੂੰ ਸੌ ਨਾਲ ਕੀ ਕਰਦੇ ਹੁੰਦੇ ਸੀ ਆਪਾਂ, ਗੁਣਾ। ਹੁਣ ਸੌ ਕੀ ਆ, ਆਪਾਂ ਨੇ ਜਿਹੜੇ ਬੱਚੇ ਪਤਾ ਕਰਨੇ ਸੀ, ਸੱਤ ਸੌ ਵੀਹ ਕੀ ਆ ਗਿਆ ਕੁੱਲ ਬੱਚੇ, ਤਿੰਨ ਸੌ ਸੱਠ ਨਾਲ ਆਪਾਂ ਗੁਣਾ ਕਰ ਰਹੇ ਹਾਂ। ਇੱਥੇ ਵੀ ਇਹੀ ਚੀਜ਼ ਸੇਮ ਹੈ, ਤਿੰਨ ਸੌ ਸੱਠ ਆਪਾਂ ਇੱਥੇ ਲਿਖਤਾ ਜੀ, ਸੱਤ ਸੌ ਵੀਹ ਕੀ ਸੀਗਾ ਕੁੱਲ ਬੱਚੇ ਸੀਗਾ, ਸੌ ਕੀ ਸੀਗਾ ਜਿਹੜੇ ਬੱਚੇ ਕੁਛ ਪੜ੍ਹਦੇ ਸੀ ਜਿਵੇਂ ਹਿੰਦੀ ਜਾਂ ਪੰਜਾਬੀ। ਇੱਥੇ ਆਪਾਂ ਸੌ ਲੈ ਕੇ ਚੱਲੇ ਹਾਂ, ਜੇ ਇੱਥੇ ਆਪਾਂ ਦੋ ਸੌ ਲੈ ਕੇ ਚੱਲਾਂਗੇ ਤਾਂ ਦੋ ਸੌ ਆਜੂਗਾ, ਤਾਂ ਦੋ ਸੌ ਕੀ ਸੀ ਜਿਹੜੇ ਬੱਚੇ ਇੰਗਲਿਸ਼ ਪੜ੍ਹਦੇ ਨੇ, ਠੀਕ ਹੈ ਜੀ। ਇਹ ਫਾਰਮੂਲਾ ਇਸ ਤਰੀਕੇ ਨਾਲ ਬਣਿਆ ਹੋਇਆ, ਬਾਕੀ ਜਦੋਂ ਆਪਾਂ ਕੁਸ਼ਚਨ ਕਰਾਂਗੇ ਤੁਹਾਨੂੰ ਹੋਰ ਜਲਦੀ ਇਹਦੀ ਪਤਾ ਲੱਗ ਜੂਗਾ ਜੀ। ਤਾਂ ਹਾਂਜੀ, ਹੁਣ ਅੱਗੇ ਦੇਖੋ, ਹੁਣ ਆਪਾਂ ਇਹਦਾ ਕੌਣ ਨਿਕਾਲਣਾ ਹੈਗਾ, ਜਿਹੜੇ ਬੱਚੇ ਇੰਗਲਿਸ਼ ਪੜ੍ਹਦੇ ਨੇ, ਇੰਗਲਿਸ਼ ਕਿੰਨੇ ਬੱਚੇ ਪੜ੍ਹਦੇ ਨੇ, ਦੋ ਸੌ ਬੱਚੇ, ਕਿੰਨੇ ਵਿੱਚੋਂ, ਸੱਤ ਸੌ ਵੀਹ ਦੇ ਵਿੱਚੋਂ। ਕੌਣ ਪਤਾ ਕਰਨਾ, ਤਾਂ ਆਪਾਂ ਤਿੰਨ ਸੌ ਸੱਠ ਨਾਲ, ਤਿੰਨ ਸੌ ਸੱਠ ਡਿਗਰੀ ਨਾਲ ਗੁਣਾ ਕਰਦਾ, ਠੀਕ ਹੈ ਜੀ। ਤਾਂ ਤਿੰਨ ਸੌ ਸੱਠ ਏਕਮ ਤਿੰਨ ਸੌ ਸੱਠ, ਤਿੰਨ ਸੌ ਸੱਠ ਦੋ ਨਾ ਸੱਤ ਸੌ ਵੀਹ, ਦੋ ਸੌ ਵਟੇ ਦੋ ਆ ਗਿਆ, ਦੋ ਏਕਮ ਦੋ, ਇਹਨੂੰ ਦੋ ਦੇ ਭਾਗ ਕਰਾਂਗੇ ਕਿੰਨਾ ਆਜੂਗਾ ਸੌ। ਮਤਲਬ ਕਿ ਸੌ ਏਕਮ ਸੌ ਡਿਗਰੀ ਦਾ ਆਪਾਂ ਨੇ ਕੌਣ ਉਰੇ ਡਰਾ ਕਰਨਾ, ਉੱਥੇ ਹੁਣ ਆਪਾਂ ਸੌ ਡਿਗਰੀ ਦਾ ਕੌਣ ਡਰਾ ਕਰ ਦਾਂਗੇ, ਠੀਕ ਹੈ ਜੀ। ਇਹ ਹੁਣ ਤੁਸੀਂ ਡਰਾ ਕਰ ਸਕਦੇ ਹੋ, ਸੌ ਡਿਗਰੀ ਦਾ ਕੌਣ ਕਿਵੇਂ ਸ਼ੋਅ ਕਰਾਂਗੇ ਜੀ ਆਪਾਂ, ਸੌ ਡਿਗਰੀ ਦਾ ਕੌਣ ਵਾਸਤੇ ਆਪਾਂ ਇੱਕ ਡੀ ਲਈ, ਡੀ ਦਾ ਜਿਹੜਾ ਤੁਸੀਂ
ਜਿਹੜਾ ਇਹਦਾ ਸੈਂਟਰਲ ਪੁਆਇੰਟ ਇੱਥੇ ਇੱਥੇ ਰੱਖਿਆ ਜੀ ਆਪਾਂ ਨੇ, ਬਿਲਕੁਲ ਇਸ ਪੁਆਇੰਟ 'ਤੇ ਰੱਖਿਆ ਕੇਂਦਰ 'ਤੇ। ਤਾਂ ਹੁਣ ਜਿੱਥੇ 100 ਹੈ ਉੱਥੇ ਆਪਾਂ ਟਿੱਕ ਲਾ ਤੀ, ਆਹ 100 'ਤੇ ਆਪਾਂ ਨੇ ਇੱਕ ਪੁਆਇੰਟ ਲਾ ਤਾ। ਤਾਂ ਹੁਣ ਆਪਾਂ ਕੀ ਕਰਨਾ ਜੀ, ਡੀ ਨੂੰ ਆਪਾਂ ਇੱਥੋਂ ਆਪਾਂ ਰਿਮੂਵ ਕਰ ਦਾਂਗੇ। ਤਾਂ ਜਿੱਥੇ ਆਪਾਂ ਨੇ ਪੁਆਇੰਟ 'ਤੇ ਟਿੱਕ ਲਾਈ ਸੀ ਇੱਥੇ, ਇੱਥੋਂ ਆਪਾਂ ਇੱਕ ਸਟ੍ਰੇਟ ਲਾਈਨ ਡਰਾਅ ਕਰ ਦਾਂਗੇ ਪੂਰੇ ਤੱਕ, ਅਤੇ ਜਿਹੜਾ ਬਾਕੀ ਪੋਰਸ਼ਨ ਨੂੰ ਆਪਾਂ ਸਾਫ਼ ਕਰ ਦਾਂਗੇ। ਤਾਂ ਇਹ ਆਪਣੇ ਕੋਲ ਇੱਕ 100 ਡਿਗਰੀ ਦਾ ਕੋਣ ਬਣ ਚੁੱਕਿਆ, ਠੀਕ ਹੈ ਜੀ। ਤਾਂ ਹੁਣ ਆਪਣੇ ਕੋਲ 100 ਡਿਗਰੀ ਦਾ ਕੋਣ ਬਣ ਚੁੱਕਿਆ। ਤਾਂ ਜਿਹੜਾ ਇਹ 100 ਡਿਗਰੀ ਦਾ ਕੋਣ ਹੈ ਕਿਹਨੂੰ ਸ਼ੋਅ ਕਰ ਰਿਹਾ ਇਹ, 200 ਬੱਚਿਆਂ ਨੂੰ। ਤਾਂ ਇੱਥੇ ਆਪਾਂ ਕੀ ਲਿਖਾਂਗੇ, ਜਿਹੜੇ ਬੱਚੇ ਇੰਗਲਿਸ਼ ਪੜ੍ਹਦੇ ਨੇ, ਇੰਗਲਿਸ਼ ਪੜ੍ਹਨ ਵਾਲੇ ਬੱਚਿਆਂ ਦੀ ਸੰਖਿਆ, ਇੰਗਲਿਸ਼ ਪੜ੍ਹਨ ਵਾਲੇ ਕਿੰਨੇ ਬੱਚੇ ਨੇ ਜੀ, ਇਹ 200 ਬੱਚੇ। ਨੈਕਸਟ ਕੀ ਹੈ ਜੀ, ਆਪਣੇ ਕੋਲ ਪੰਜਾਬੀ ਕਿੰਨੇ ਪੜ੍ਹਦੇ ਨੇ, 400 ਬੱਚੇ। ਹੁਣ ਆਪਾਂ ਕੀ ਲਿਖਾਂਗੇ ਜੀ, ਪੰਜਾਬੀ ਦਾ ਕੇਂਦਰੀ ਕੋਣ ਪਤਾ ਕਰਨਾ ਆਪਾਂ ਨੇ, ਕੇਂਦਰੀ ਕੋਣ ਪਤਾ ਕਰਨਾ ਹੈ ਜੀ ਪੰਜਾਬੀ ਦਾ। ਤਾਂ ਕਿਵੇਂ ਲਿਖਾਂਗੇ ਆਪਾਂ, 400 ਬੱਚੇ ਪੰਜਾਬੀ ਪੜ੍ਹਦੇ ਨੇ, ਕਿੰਨੇ 'ਚ ਪੜ੍ਹਦੇ ਨੇ, 720 ਦੇ ਵਿੱਚੋਂ ਗੁਣਾ 360 ਦੇ। ਤਾਂ ਜੀਰੋ ਨਾਲ ਜੀਰੋ ਕੱਟ ਜੂਗੀ, ਇੱਥੇ ਨਾ ਕੱਟੋ ਜੀਰੋ ਨਾਲ ਜੀਰੋ, ਇੱਥੇ ਕੈਂਸਲ ਕਰ ਦਿੰਦੇ ਜੀਰੋ ਨਾਲ ਜੀਰੋ, 36 + 36, 36 × 72, 400 / 2 ਕਿੰਨਾ ਹੋ ਗਿਆ, 200 ਡਿਗਰੀ। ਤਾਂ ਹੁਣ ਆਪਾਂ ਨੇ 200 ਡਿਗਰੀ ਦਾ ਜਿਹੜਾ ਕੋਣ ਹੈ ਉਹ ਡਰਾ ਕਰਨਾ ਹੈਗਾ। ਤਾਂ ਕਿਵੇਂ ਕਰਾਂਗੇ ਆਪਾਂ ਇਹਦਾ ਕੋਣ ਡਰੋ 200 ਡਿਗਰੀ ਦਾ, ਡੀ ਨੂੰ ਰੱਖਾਂਗੇ ਜੀ ਆਪਾਂ ਸੈਂਟਰ ਪੁਆਇੰਟ 'ਤੇ, ਉੱਪਰ ਤਾਂ ਹੁਣ ਦੇਖੋ ਕੋਣ ਬਣ ਨਹੀਂ ਸਕਦਾ, ਤਾਂ ਹੁਣ ਇਹਨੂੰ ਆਪਾਂ ਨੀਚੇ ਬਣਾਵਾਂਗੇ ਜੀ ਕੋਣ। ਲਾਈਨ ਆ ਲਾਈਨ ਮਿਲਾ ਕੇ ਜੀ ਉਰੋਂ, ਹਾਂਜੀ ਇੱਥੇ ਆਪਾਂ ਰੱਖ ਲਿਆ ਜੀ ਇਹਨੂੰ ਪ੍ਰੋਪਰ ਬਿਲਕੁਲ। ਤਾਂ ਹੁਣ ਜਿੱਥੇ 200 ਲਿਖਿਆ ਉੱਥੇ ਆਪਾਂ ਨਿਸ਼ਾਨ ਲਗਾ ਦਾਂਗੇ, ਸੋਰੀ 200 ਦਾ ਕੋਣ ਦੇਖੋ ਆਪਾਂ ਇਹ 'ਚ ਬਣਾ ਨਹੀਂ ਸਕਦੇ, ਕਿਉਂਕਿ 180 ਦਾ ਕੋਣ ਆਪਾਂ ਬੜਾ ਨਹੀਂ ਬਣਾ ਸਕਦੇ, ਠੀਕ ਹੈ ਜੀ। ਦਿੱਕਤ ਆ ਗਈ ਨਾ ਆਪਾਂ ਨੂੰ, ਹੁਣ ਆਪਾਂ ਪਹਿਲਾਂ ਫਿਰ ਜਿਹੜਾ ਇਹ ਵਾਲਾ ਕੋਣ ਇਹਨੂੰ ਆਪਾਂ ਛੱਡ ਦਾਂਗੇ। ਹੁਣ ਦੇਖਾਂਗੇ ਜੀ ਆਪਾਂ ਹਿੰਦੀ ਦੇ, ਹਿੰਦੀ ਦੇ ਕਿੰਨੇ ਬੱਚੇ ਨੇ, 120। ਹੁਣ ਆਪਾਂ ਹਿੰਦੀ ਵਾਲਾ ਕੋਣ ਡਰਾ ਕਰਾਂਗੇ, ਠੀਕ ਹੈ ਜੀ। ਤੁਸੀਂ ਦੇਖ ਚੁੱਕੇ ਹੋ ਵੀ ਡੀ ਦੇ ਵਿੱਚ ਇਹ ਕੋਣ ਹੈ ਹੀ ਨਹੀਂ 200 ਦਾ। ਤਾਂ ਹੁਣ ਆਪਾਂ ਕਿਹਦਾ ਡਰਾ ਕਰਾਂਗੇ, ਆਪਾਂ ਹਿੰਦੀ ਦਾ, ਹਿੰਦੀ ਵਾਸਤੇ। ਹਿੰਦੀ ਦੇ ਕਿੰਨੇ ਬੱਚੇ ਨੇ, 120। ਕਿੰਨੇ ਦੇ ਵਿੱਚੋਂ ਨੇ, 720 ਦੇ ਵਿੱਚੋਂ 360 ਨਾਲ ਆਪਾਂ ਨੇ ਗੁਣਾ ਕਰਨੀ ਹੈ। ਉਰੇ ਫਿਰ 2 ਆ ਜਾਊਗਾ, 120 / 2 ਕਿੰਨਾ ਆ ਗਿਆ, 60 ਡਿਗਰੀ। ਤਾਂ ਮਤਲਬ ਆਪਾਂ 60 ਡਿਗਰੀ ਦਾ ਕੋਣ ਉਰੇ ਡਰਾ ਕਰਾਂਗੇ। ਤਾਂ ਹੁਣ ਆਪਾਂ ਡੀ ਨੂੰ ਰੱਖਾਂਗੇ ਜੀ, ਆਪਾਂ ਕਿੰਨੇ 'ਤੇ ਰੱਖਾਂਗੇ ਜੀ ਇਹਨੂੰ, ਇੱਥੇ ਰੱਖ ਕੇ 60, ਇਸ ਲਾਈਨ ਦੇ ਉੱਪਰ ਰੱਖਾਂਗੇ ਜੀ ਆਪਾਂ ਡੀ ਨੂੰ, ਇਸ ਲਾਈਨ ਦੇ ਉੱਪਰ। ਤਾਂ ਜਿੱਥੇ ਆਪਣੇ ਕੋਲ 60 ਲਿਖਿਆ ਹੋਇਆ, 60 ਦਾ ਨਿਸ਼ਾਨ ਲਗਾਵਾਂਗੇ ਉੱਥੇ, ਆਹ ਸੀਗਾ ਜੀ 60 ਡਿਗਰੀ। ਤਾਂ ਹੁਣ ਆਪਾਂ ਡੀ ਨੂੰ ਆਪਾਂ ਇੱਥੇ ਰਿਮੂਵ ਕਰ ਦਾਂਗੇ। ਤਾਂ ਹੁਣ ਜਿਹੜੀ ਆ ਲਾਈਨ ਇੱਥੇ ਤੱਕ ਆਪਾਂ ਡਰਾ ਕਰ ਦਾਂਗੇ, ਇਸ ਪੁਆਇੰਟ ਨਾਲ ਮੈਚ ਕਰਦੀ ਹੋਈ, ਬਾਕੀ ਆਪਾਂ ਰਿਮੂਵ ਕਰ ਦਾਂਗੇ। ਹੁਣ ਜਿਹੜਾ ਇਹ ਕੋਣ ਬਣ ਗਿਆ, ਇਹ ਕੋਣ ਕਿੰਨੇ ਦਾ ਬਣ ਗਿਆ, 60 ਡਿਗਰੀ ਦਾ। ਮਤਲਬ ਕਿਹਨੂੰ ਸ਼ੋਅ ਕਰਦਾ, 120 ਬੱਚਿਆਂ ਨੂੰ ਜਿਹੜੇ ਕਿ ਹਿੰਦੀ ਪੜ੍ਹਦੇ ਨੇ।
120 ਬੱਚਿਆਂ ਨੂੰ ਸ਼ੋਅ ਕਰ ਰਹੇ ਹੈ। 120 ਲਿਖਣ ਦੀ ਲੋੜ ਨਹੀਂ ਹੈਗੀ ਜੀ ਉਰੇ। ਹੁਣ ਜਿਹੜਾ ਪਿੱਛੇ ਕੌਣ ਬਚ ਗਿਆ, ਇਹ ਕਿੰਨੇ ਦਾ ਕੌਣ ਬਚ ਗਿਆ ਹੋਊਗਾ ਜੀ, 200 ਡਿਗਰੀ ਦਾ ਕੌਣ ਬਚ ਗਿਆ। ਮਤਲਬ ਕਿ ਕਿਹਨੂੰ ਸ਼ੋਅ ਕਰਨਾ, ਜਿਹੜੇ ਬੱਚੇ ਪੰਜਾਬੀ ਪੜ੍ਹਦੇ ਨੇ, ਕਿੰਨੇ ਬੱਚੇ ਨੇ ਜੀ, ਉਹ 400 ਨੇ, ਤਾਂ ਇਹ ਆਪਦੇ ਆਪ 200 ਦਾ ਕੌਣ ਪਿੱਛੇ ਬਚ ਜਾਊਗਾ। ਠੀਕ ਹੈ ਜੀ। ਤਾਂ ਆਪਾਂ ਇਸ ਤਰੀਕੇ ਨਾਲ ਕੇਂਦਰੀ ਕੌਣ ਬਾਰੇ ਆਪਾਂ ਆਹ ਚੀਜ਼ ਸਿੱਖੀਏ ਵੀ ਕੀ ਹੁੰਦਾ ਕੇਂਦਰੀ ਕੌਣ, ਤੇ ਇਹਨਾਂ ਨੂੰ ਆਪਾਂ ਪਾਈ ਚਾਰਟ ਦੇ ਵਿੱਚ ਕਿਵੇਂ ਆਪਾਂ ਨੇ ਸ਼ੋਅ ਕਰਨਾ ਹੈ।